ਅੱਜ ਅਸੀਂ ਸੰਗਤ ਦੀ ਇੱਕ ਬੜੀ ਵੱਡੀ ਜੋ ਮੰਗ ਸੀ ਉਹ ਪੂਰੀ ਕਰਨ ਜਾ ਰਹੇ ਹਾਂ। ਮਹਾਰਾਜਾ ਰਣਜੀਤ ਸਿੰਘ ਯਾਤਰੀ ਨਿਵਾਸ ਇਸ ਨਵੀਂ ਬਿਲਡਿੰਗ ਦੇ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਨਰਿੰਦਰ ਸਿੰਘ ਜੀ, ਉਹਨਾਂ ਨੂੰ ਇਹ ਸੇਵਾ ਦਾ ਅਸੀਂ ਬੇਨਤੀ ਕੀਤੀ ਹੈ, ਉਸ ਮੁਤਾਬਕ ਸੇਵਾ ਦਾ ਸਾਰਾ ਕੰਮ ਉਹ ਕਰਨ ਲਈ ਤਿਆਰ ਹੋਏ ਨੇ। ਮੈਂ ਉਹਨਾਂ ਦਾ ਹਾਰਦਿਕ ਸ਼ੁਕਰੀਆ ਅਦਾ ਕਰਦਾ, ਧੰਨਵਾਦ ਕਰਦਾ, ਔਰ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਕੰਮ ਜਲਦੀ ਤੋਂ ਜਲਦੀ ਪੂਰਾ ਹੋਏ ਔਰ ਸਾਰੀ ਸਾਡੀ ਸੰਗਤ, ਸਾਰੇ ਸ਼ਰਧਾਲੂਆਂ ਨੂੰ ਜਲਦੀ ਤੋਂ ਜਲਦੀ ਇੱਥੇ ਆ ਕੇ ਗੁਰੂ ਸਾਹਿਬ ਦੇ ਆਸ਼ੀਰਵਾਦ ਪ੍ਰਾਪਤ ਕਰਕੇ ਇੱਥੇ ਰਹਿਣ ਦਾ ਮੌਕਾ ਮਿਲੇ। ਅੱਜ ਅਸੀਂ ਸੰਗਤ ਦੀ ਇੱਕ ਬੜੀ ਵੱਡੀ ਜੋ ਮੰਗ ਸੀ ਉਹ ਪੂਰੀ ਕਰਨ ਜਾ ਰਹੇ ਹਾਂ। ਮਹਾਰਾਜਾ ਰਣਜੀਤ ਸਿੰਘ ਯਾਤਰੀ ਨਿਵਾਸ ਇਸ ਨਵੀਂ ਬਿਲਡਿੰਗ ਦੇ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਨਰਿੰਦਰ ਸਿੰਘ ਜੀ, ਉਹਨਾਂ ਨੂੰ ਇਹ ਸੇਵਾ ਦਾ ਅਸੀਂ ਬੇਨਤੀ ਕੀਤੀ ਹੈ, ਉਸ ਮੁਤਾਬਕ ਸੇਵਾ ਦਾ ਸਾਰਾ ਕੰਮ ਉਹ ਕਰਨ ਲਈ ਤਿਆਰ ਹੋਏ ਨੇ। ਮੈਂ ਉਹਨਾਂ ਦਾ ਹਾਰਦਿਕ ਸ਼ੁਕਰੀਆ ਅਦਾ ਕਰਦਾ, ਧੰਨਵਾਦ ਕਰਦਾ, ਔਰ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਕੰਮ ਜਲਦੀ ਤੋਂ ਜਲਦੀ ਪੂਰਾ ਹੋਏ ਔਰ ਸਾਰੀ ਸਾਡੀ ਸੰਗਤ, ਸਾਰੇ ਸ਼ਰਧਾਲੂਆਂ ਨੂੰ ਜਲਦੀ ਤੋਂ ਜਲਦੀ ਇੱਥੇ ਆ ਕੇ ਗੁਰੂ ਸਾਹਿਬ ਦੇ ਆਸ਼ੀਰਵਾਦ ਪ੍ਰਾਪਤ ਕਰਕੇ ਇੱਥੇ ਰਹਿਣ ਦਾ ਮੌਕਾ ਮਿਲੇ। ਅੱਜ ਅਸੀਂ ਸੰਗਤ ਦੀ ਇੱਕ ਬੜੀ ਵੱਡੀ ਜੋ ਮੰਗ ਸੀ ਉਹ ਪੂਰੀ ਕਰਨ ਜਾ ਰਹੇ ਹਾਂ। ਮਹਾਰਾਜਾ ਰਣਜੀਤ ਸਿੰਘ ਯਾਤਰੀ ਨਿਵਾਸ ਇਸ ਨਵੀਂ ਬਿਲਡਿੰਗ ਦੇ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਨਰਿੰਦਰ ਸਿੰਘ ਜੀ, ਉਹਨਾਂ ਨੂੰ ਇਹ ਸੇਵਾ ਦਾ ਅਸੀਂ ਬੇਨਤੀ ਕੀਤੀ ਹੈ, ਉਸ ਮੁਤਾਬਕ ਸੇਵਾ ਦਾ ਸਾਰਾ ਕੰਮ ਉਹ ਕਰਨ ਲਈ ਤਿਆਰ ਹੋਏ ਨੇ। ਮੈਂ ਉਹਨਾਂ ਦਾ ਹਾਰਦਿਕ ਸ਼ੁਕਰੀਆ ਅਦਾ ਕਰਦਾ, ਧੰਨਵਾਦ ਕਰਦਾ, ਔਰ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਕੰਮ ਜਲਦੀ ਤੋਂ ਜਲਦੀ ਪੂਰਾ ਹੋਏ ਔਰ ਸਾਰੀ ਸਾਡੀ ਸੰਗਤ, ਸਾਰੇ ਸ਼ਰਧਾਲੂਆਂ ਨੂੰ ਜਲਦੀ ਤੋਂ ਜਲਦੀ ਇੱਥੇ ਆ ਕੇ ਗੁਰੂ ਸਾਹਿਬ ਦੇ ਆਸ਼ੀਰਵਾਦ ਪ੍ਰਾਪਤ ਕਰਕੇ ਇੱਥੇ ਰਹਿਣ ਦਾ ਮੌਕਾ ਮਿਲੇ। ਅੱਜ ਅਸੀਂ ਸੰਗਤ ਦੀ ਇੱਕ ਬੜੀ ਵੱਡੀ ਜੋ ਮੰਗ ਸੀ ਉਹ ਪੂਰੀ ਕਰਨ ਜਾ ਰਹੇ ਹਾਂ। ਮਹਾਰਾਜਾ ਰਣਜੀਤ ਸਿੰਘ ਯਾਤਰੀ ਨਿਵਾਸ ਇਸ ਨਵੀਂ ਬਿਲਡਿੰਗ ਦੇ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਨਰਿੰਦਰ ਸਿੰਘ ਜੀ, ਉਹਨਾਂ ਨੂੰ ਇਹ ਸੇਵਾ ਦਾ ਅਸੀਂ ਬੇਨਤੀ ਕੀਤੀ ਹੈ, ਉਸ ਮੁਤਾਬਕ ਸੇਵਾ ਦਾ ਸਾਰਾ ਕੰਮ ਉਹ ਕਰਨ ਲਈ ਤਿਆਰ ਹੋਏ ਨੇ। ਮੈਂ ਉਹਨਾਂ ਦਾ ਹਾਰਦਿਕ ਸ਼ੁਕਰੀਆ ਅਦਾ ਕਰਦਾ, ਧੰਨਵਾਦ ਕਰਦਾ, ਔਰ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਕੰਮ ਜਲਦੀ ਤੋਂ ਜਲਦੀ ਪੂਰਾ ਹੋਏ ਔਰ ਸਾਰੀ ਸਾਡੀ ਸੰਗਤ, ਸਾਰੇ ਸ਼ਰਧਾਲੂਆਂ ਨੂੰ ਜਲਦੀ ਤੋਂ ਜਲਦੀ ਇੱਥੇ ਆ ਕੇ ਗੁਰੂ ਸਾਹਿਬ ਦੇ ਆਸ਼ੀਰਵਾਦ ਪ੍ਰਾਪਤ ਕਰਕੇ ਇੱਥੇ ਰਹਿਣ ਦਾ ਮੌਕਾ ਮਿਲੇ।